हाँ जी, तो वेलकम बैक एक बार फिर टीच वीज़ा पंजाबी चैनल पर। उम्मीद करदा कि तुसी ठीक होवोगे। यूएसए दे रिलेटिड जिहड़ियां लेटेस्ट अपडेट आईयां ने ओह तुहाडे नाल इस वीडियो दे विच शेयर करांगे। जिहड़ा जिहड़ा वीर भी इंटरस्टिड हो वीडियो नूं जरूर तक्के। इस वीडियो दे विच असीं यूएसए दे वीज़े दे रिलेटिड, अंबैसी दे रिलेटिड, फ्लाइट्स दे रिलेटिड, इमीग्रेशन दे नवें कानून जिहड़े जो बाइडन ने बनाए सन उहनां ते गल करांगे। ਅਤੇ ਨਾਲ ਇਹ ਕੰਪੇਅਰ ਕਰਾਂਗੇ ਕਿ ਟਰੰਪ ਚੰਗਾ ਸੀ ਇਮੀਗ੍ਰੇਸ਼ਨ ਦੇ ਲਿਹਾਜ਼ ਨਾਲ ਜਾਂ ਫਿਰ ਜੋ ਬਾਈਡਨ ਚੰਗਾ ਵੇ। ਅਤੇ ਜਿਹੜਾ ਜਿਹੜਾ ਵੀਰ ਵੀ ਇੰਟਰਸਟਿਡ ਹੈ ਵੀਡੀਓ ਨੂੰ ਐਂਡ ਤੀਕਰਾਂ ਤੱਕਿਓ, ਅਤੇ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਿ ਹਰ ਮੇਰੇ ਵੀਰ ਭਰਾ ਤੀਕਰਾਂ ਇਨਫੋਰਮੇਸ਼ਨ ਪਹੁੰਚ ਸਕੇ। ਅਤੇ ਜਿਨ੍ਹਾਂ ਵੀਰਾਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਅੱਗੇ ਵੀ ਰਿਕੁਐਸਟ ਕਿ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਦਾ ਆਈਕੋਨ ਹੋਣਾ ਉਹਨੂੰ ਜ਼ਰੂਰ ਦਬਾ ਦਿਓ ਤਾਂ ਕਿ ਜਦੋਂ ਵੀ ਮੈਂ ਵੀਡੀਓ ਅਪਲੋਡ ਕਰਾਂ ਉਹ ਵੀਡੀਓ ਤੁਹਾਨੂੰ ਲੱਭ ਜਾਵੇ, ਤੁਹਾਡੇ ਮੋਬਾਈਲ ਤੋਂ ਉਹਦਾ ਨੋਟੀਫਿਕੇਸ਼ਨ ਆ ਜਾਵੇ। ਹਾਂਜੀ, ਅਤੇ ਸਭ ਨਾਲੋਂ ਪਹਿਲਾਂ ਅਸੀਂ ਗੱਲ ਕਰਨੀ ਆ ਯੂ ਐੱਸ ਏ ਅੰਬੈਸੀ ਦੀ ਗੱਲ ਕਰਨੀ ਆ, ਅਤੇ ਨਾਲ ਦੀ ਨਾਲ ਹੀ ਅਸੀਂ ਅਫਗਾਨਿਸਤਾਨ ਦੀ ਗੱਲ ਕਰਨੀ ਆ, ਕਿਉਂਕਿ ਇਸ ਟਾਈਮ ਅਫਗਾਨਿਸਤਾਨ ਦੇ ਵਿੱਚ ਕਾਫੀ ਜ਼ਿਆਦਾ ਰੌਲਾ ਬਣੇ ਆ। ਤੁਹਾਨੂੰ ਪਤਾ ਹੋਣਾ ਜੀ, ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਇੱਕ ਦੋ ਦਿਨਾਂ ਤੋਂ ਐਕਟਿਵ ਹੋ, ਤਾਂ ਤੁਹਾਨੂੰ ਪਤਾ ਹੋਣਾ ਕਿ ਅਫਗਾਨਿਸਤਾਨ ਦੇ ਵਿੱਚ ਟੋਟਲੀ ਤਾਲਿਬਾਨ ਜਿਹੜੇ ਨੇ ਉਹਨਾਂ ਕਬਜ਼ਾ ਕਰ ਲਿਆ, ਕਾਬੁਲ ਦੇ ਵਿੱਚ ਵੀ, ਏਅਰਪੋਰਟ ਦੇ ਵਿੱਚ ਵੀ, ਜਿੰਨੀਆਂ ਵੀ ਅੰਬੈਸੀਆਂ ਨੇ ਅਫਗਾਨਿਸਤਾਨ ਦੇ ਵਿੱਚ ਕਾਬਲ ਦੇ ਵਿੱਚ ਉਹ ਟੋਟਲੀ ਬੰਦ ਹੋ ਗਈਆਂ ਨੇ। ਜਰਮਨੀ ਦੀ ਅੰਬੈਸੀ, ਕੈਨੇਡਾ ਦੀ ਅੰਬੈਸੀ, ਅਮੈਰੀਕਾ ਦੀ ਅੰਬੈਸੀ, ਟੋਟਲੀ ਜਿਹੜੀਆਂ ਅੰਬੈਸੀਆਂ ਨੇ ਉਹ ਬੰਦ ਹੋ ਗਈਆਂ ਨੇ। ਜਿੰਨੇ ਵੀ ਇੰਪਲਾਏ ਨੇ ਉਹਦੇ ਵਿੱਚ ਕੰਮ ਕਰਦੇ ਨੇ ਅੰਬੈਸੀਆਂ ਦੇ ਵਿੱਚ, ਉਹਨਾਂ ਨੂੰ ਸੇਫ ਜ਼ੋਨ ਦੇ ਵਿੱਚ ਲੈ ਜਾਇਆ ਗਿਆ ਆਵੇ। ਕੁਛ ਐਸੇ ਸੁਣਨ ਅੰਦਰ ਖਬਰਾਂ ਵੀ ਆਉਣ ਡਈਆਂ ਨੇ ਕਿ ਜਿੰਨੇ ਵੀ ਇੰਪਲਾਏ ਹਨ ਕੈਨੇਡਾ ਦੇ ਅਤੇ ਫਰਾਂਸ ਦੇ ਅਤੇ ਆਪਣਾ ਯੂਕੇ ਦੇ ਜਿੰਨੇ ਵੀ, ਉਹਨਾਂ ਨੂੰ ਪਾਕਿਸਤਾਨ ਲਿਆ ਗਿਆ ਕੁਛ ਖਬਰਾਂ ਦੇ ਮੁਤਾਬਕ, ਬਟ ਕਨਫਰਮ ਨਹੀਂ ਹੈ ਖਬਰਾਂ। ਅਤੇ ਬਹਰਹਾਲ ਗੱਲ ਇਹ ਵੇ ਕਿ ਜਿਹੜੀ ਅੰਬੈਸੀ ਅਮਰੀਕਾ ਦੀ ਅਫਗਾਨਿਸਤਾਨ ਦੇ ਵਿੱਚ ਕਾਬਲ ਦੇ ਵਿੱਚ ਉਹ ਟੋਟਲੀ ਬੰਦ ਹੋ ਗਈ ਹੈ। ਘੱਟੋ ਘੱਟ ਉਹਨਾਂ ਆਖਿਆ ਕਿ ਅਸੀਂ ਟੈਂਪਰੇਰੀ ਤੌਰ 'ਤੇ ਬੰਦ ਕਰਨ ਡੇ ਹਾਂ, ਬਟ ਹੁਣ ਵਾਲੇ ਹਾਲਾਤਾਂ ਨੂੰ ਵੇਖਣ ਤੋਂ ਬਾਅਦ ਹੀ ਅਸੀਂ ਜਿਹੜੀ ਨੈਕਸਟ ਅਨਾਊਂਸਮੈਂਟ ਉਹ ਕਰਾਂਗੇ। ਵੀਜ਼ੇ ਦੇ ਰਿਲੇਟਿਡ ਗੱਲ ਕਰਨੇ ਆ ਕਿ ਇਸ ਟਾਈਮ ਪਾਕਿਸਤਾਨ, ਇੰਡੀਆ, ਬੰਗਲਾਦੇਸ਼ ਦੇ ਵਿੱਚ ਯੂ ਐੱਸ ਏ ਅੰਬੈਸੀ ਦੀ ਕੀ ਕੰਡੀਸ਼ਨ ਹੈ। ਇਹ ਜਿੰਨੇ ਵੀ ਤਿੰਨ ਕੰਟਰੀ ਨੇ, ਕਿਉਂਕਿ ਮੋਸਟਲੀ ਜਿਹੜੇ ਭਰਾ ਵਹਿੰਦੇ ਨੇ ਉਹਨਾਂ ਤਿੰਨਾਂ ਕੰਟਰੀਆਂ ਤੋਂ ਹੀ ਵਹਿੰਦੇ ਨੇ, ਇੰਡੀਆ, ਪਾਕਿਸਤਾਨ, ਬੰਗਲਾਦੇਸ਼ ਤੋਂ। ਇਹਨਾਂ ਕੰਟਰੀਆਂ ਦੇ ਵਿੱਚ ਯੂ ਐੱਸ ਏ ਦੀ ਅੰਬੈਸੀ ਜਿਹੜੀ ਪ੍ਰੋਪਰ ਵਰਕ ਨਹੀਂ ਸ਼ੁਰੂ ਕਰਨ ਡਈ, ਬਟ ਜ਼ਿਆਦਾਤਰ ਜਿਹੜੇ ਵੀਜ਼ੇ ਨੇ ਉਹਨਾਂ 'ਤੇ ਕੰਮ ਹੋਣ ਡਿਆ ਵੇ, ਜਿਵੇਂ ਕਿ ਸਟੱਡੀ ਵੀਜ਼ੇ ਦੇ ਉੱਤੇ ਕੰਮ ਹੋਣ ਡਿਆ ਵੇ, H-1 ਵੀਜ਼ੇ ਦੇ ਉੱਤੇ ਕੰਮ ਹੋਣ ਡਿਆ, ਟੂਰਿਸਟ ਵੀਜ਼ੇ 'ਤੇ, ਬਿਜ਼ਨਸ ਵੀਜ਼ੇ 'ਤੇ ਕੰਮ ਹੋਣ ਡਿਆ। ਬਟ ਤੁਹਾਨੂੰ ਇੱਕ ਗੱਲ ਦੱਸਦੇ ਹਾਂ, ਜੇ ਤੁਸੀਂ ਇਹਨਾਂ ਦਿਨਾਂ ਦੇ ਵਿੱਚ ਅਗਸਤ ਦੇ ਮਹੀਨੇ ਦੇ ਵਿੱਚ ਅਪੁਆਇੰਟਮੈਂਟ ਲੈਂਦੇ ਹੋ, ਤਾਂ ਤੁਹਾਨੂੰ ਕਾਫੀ ਜ਼ਿਆਦਾ ਜਿਹੜਾ ਨਾ ਉਹ ਪ੍ਰੋਬਲਮ ਫੇਸ ਕਰਨ ਨੂੰ ਲੱਭੇਗੀ। ਜੇ ਤੁਹਾਨੂੰ ਅਪੁਆਇੰਟਮੈਂਟ ਲੱਭ ਵੀ ਗਈ ਤਾਂ ਅਪੁਆਇੰਟਮੈਂਟ ਤਕਰੀਬਨ 3 ਤੋਂ 4 ਮਹੀਨਿਆਂ ਬਾਅਦ ਲੱਭੇਗੀ। ਇਸੇ ਲਈ ਆਪਣਾ ਜੇ ਤੁਸੀਂ ਯੂ ਐੱਸ ਏ ਦਾ ਵੀਜ਼ਾ ਅਪਲਾਈ ਕਰਦੇ ਹੋ ਤਾਂ ਆਪਣੇ ਜ਼ਿਹਨ ਦੇ ਵਿੱਚ ਜ਼ਰੂਰ ਰੱਖਿਓ ਕਿ ਥੋੜ੍ਹਾ ਜਿਹਾ ਟਾਈਮ ਲੱਗੇਗਾ। ਇਹਨਾਂ ਦਿਨਾਂ ਦੇ ਵਿੱਚ ਕਰੋਨਾ ਵਾਇਰਸ ਕਰਕੇ ਕਾਫੀ ਜ਼ਿਆਦਾ ਜਿਹੜੇ ਕਾਨੂੰਨ ਨੇ ਉਹ ਚੇਂਜ ਕੀਤੇ ਨੇ ਯੂ ਐੱਸ ਏ ਅੰਬੈਸੀ ਨੇ, ਜਿੱਥੇ ਪਹਿਲਾਂ ਵੀਜ਼ਾ ਅਤੇ ਅਪੁਆਇੰਟਮੈਂਟ 1-2 ਮਹੀਨੇ ਦੇ ਵਿੱਚ ਸਾਰੇ ਕੰਮ ਕਲੀਅਰ ਹੋ ਜਾਂਦੇ, ਤੁਹਾਡਾ ਰਿਜ਼ਲਟ ਆ ਜਾਂਦਾ ਸੀ, ਹੁਣ ਉਹ ਕੰਮ ਨਹੀਂ ਹੈ। 3 ਤੋਂ 4 ਮਹੀਨੇ ਪਹਿਲਾਂ ਅਪੁਆਇੰਟਮੈਂਟ ਲੱਭਣ ਨੂੰ ਲੱਗਦੇ ਨੇ, ਫਿਰ ਇੰਟਰਵਿਊ ਹੁੰਦਾ, ਫਿਰ 15-20 ਦਿਨਾਂ ਬਾਅਦ ਤੁਹਾਡਾ ਜਿਹੜਾ ਨਾ ਉਹ ਰਿਜ਼ਲਟ ਆਉਂਦਾ। ਅਤੇ ਇਸੇ ਲਈ ਤੁਸੀਂ ਆਪਣੇ ਜ਼ਿਹਨ ਦੇ ਵਿੱਚ ਘੱਟੋ ਘੱਟ 4-5 ਮਹੀਨੇ ਜ਼ਿਹਨ 'ਚ ਜ਼ਰੂਰ ਰੱਖੋ, ਕਿਉਂਕਿ ਇਸ ਟਾਈਮ ਯੂ ਐੱਸ ਏ ਅੰਬੈਸੀ ਦੀ ਜਿਹੜੀ ਕੰਡੀਸ਼ਨ ਹੈ ਕਰੋਨਾ ਵਾਇਰਸ ਕਰਕੇ ਅਤੇ ਅਫਗਾਨਿਸਤਾਨ ਦਾ ਹਾਲਾਤਾਂ ਨੂੰ ਵੇਖਦਿਆਂ ਹੋਇਆਂ, ਕੁਛ ਨਾ ਕੁਛ ਜਿਹੜਾ ਨਾ ਉਹ ਯੂ ਐੱਸ ਏ ਅੰਬੈਸੀ 'ਤੇ ਇਫੈਕਟ ਜ਼ਰੂਰ ਪਏਗਾ। ਅਤੇ ਇਸੇ ਲਈ ਥੋੜ੍ਹਾ ਜਿਹਾ ਆਪਣੇ ਮਾਇੰਡ ਦੇ ਵਿੱਚ ਵੇਟ ਜ਼ਰੂਰ ਰੱਖਿਓ, ਥੋੜ੍ਹਾ ਜਿਹਾ ਲੇਟ ਹੋਏਗਾ ਵੀਜ਼ਾ, ਤੁਹਾਨੂੰ ਲੇਟ ਲੱਭੇਗਾ। ਉਸ ਤੋਂ ਬਾਅਦ ਅਸੀਂ ਗੱਲ ਕਰਨੇ ਹਾਂ ਇਮੀਗ੍ਰੇਸ਼ਨ ਦੀ ਕਿ ਟਰੰਪ ਚੰਗਾ ਸੀ ਜਾਂ ਫਿਰ ਜੋ ਬਾਈਡਨ ਚੰਗਾ ਸੀ। ਇਹਨਾਂ ਦਿਨਾਂ ਦੇ ਵਿੱਚ ਵੇਖਿਆ ਜਾਏ ਅਤੇ ਜੋ ਬਾਈਡਨ ਸਰਕਾਰ ਜਿਹੜੀ ਹੈ, ਜੋ ਬਾਈਡਨ ਦੀ ਗੌਰਮੈਂਟ ਜਿਹੜੀ ਹੈ, ਅਤੇ ਉਸ ਤੋਂ ਪਹਿਲਾਂ ਓਬਾਮਾ ਦੀ ਜਿਹੜੀ ਗੌਰਮੈਂਟ ਸੀ, ਇਹ ਕਾਫੀ ਜ਼ਿਆਦਾ ਹੱਕ 'ਚ ਸਨ ਇਮੀਗ੍ਰੇਸ਼ਨ ਦੇ। ਜਿੰਨੇ ਵੀ ਬਾਹਰਲੀਆਂ ਕੰਟਰੀਆਂ ਤੋਂ ਬੰਦੇ ਆਉਂਦੇ ਸਨ ਪਾਕਿਸਤਾਨ, ਇੰਡੀਆ, ਬੰਗਲਾਦੇਸ਼ ਤੋਂ ਲੀਗਲ ਤਰੀਕੇ ਨਾਲ ਜਾਂ ਇਲੀਗਲ ਤਰੀਕੇ ਨਾਲ, ਸਟੂਡੈਂਟ ਬੇਸ 'ਤੇ, ਵਿਜ਼ਿਟ ਬੇਸ 'ਤੇ ਜਾਂ ਫਿਰ ਵਰਕ ਬੇਸ 'ਤੇ ਆਉਂਦੇ ਸਨ, ਉਹਨਾਂ ਦਾ ਮੋਸਟਲੀ ਹੁੰਦਾ ਸੀ ਸਿਨੈਰੀਓ ਕਿ ਇਹਨਾਂ ਨੂੰ ਅਸੀਂ ਪੇਪਰ ਦੇ ਦਈਏ, ਇਹਨਾਂ ਨੂੰ ਵੀਜ਼ਾ ਦੇ ਦਈਏ, ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਾਡੇ ਟੈਕਸ ਕੋਟੇ ਦੇ ਵਿੱਚ ਆ ਕੇ ਟੈਕਸ ਦੇਣ, ਕੁਛ ਨਾ ਕੁਛ ਸਾਨੂੰ ਵੀ ਫਾਇਦਾ ਹੋਏ ਅਤੇ ਇਹ ਵੀ ਆਪਣਾ ਜਿਹੜਾ ਨਾ ਪ੍ਰੋਪਰ ਤਰੀਕੇ ਨਾਲ ਅਮਰੀਕਾ ਦੇ ਵਿੱਚ ਕੰਮ ਕਰ ਸਕਣ। ਬਟ ਲਾਸਟ ਜਿਹੜੀ ਗੌਰਮੈਂਟ ਲੰਘੀ ਹੈ ਟਰੰਪ ਦੀ, ਟਰੰਪ ਨੇ ਕਾਫੀ ਜ਼ਿਆਦਾ ਜਿਹੜੇ ਕਾਨੂੰਨ ਨੇ ਉਹ ਚੇਂਜ ਕੀਤੇ ਹੁੰਦੇ, ਟੋਟਲੀ ਤਬਦੀਲ ਕਰ ਰਹੇ ਹਨ, ਚੇਂਜ ਕਰ ਰਹੇ ਹਨ। ਜਿਹੜਾ ਵੀ ਕੋਈ ਪਾਕਿਸਤਾਨ, ਇੰਡੀਆ ਤੋਂ ਬੰਦਾ ਡੌਂਕੀ ਲਾ ਕੇ ਜਾਂਦਾ ਸੀ ਉਹਨੂੰ ਕਾਫੀ ਜ਼ਿਆਦਾ ਅਸਾਲਮ ਅਪਲਾਈ ਕਰਨ ਲੱਗਿਆ ਮੁਸ਼ਕਲ ਹੁੰਦੀ ਸੀ, ਜਾਂ ਕੋਈ ਜੇ ਕੋਈ ਵਿਜ਼ਿਟ ਵੀਜ਼ੇ 'ਤੇ ਆਉਂਦਾ ਸੀ ਯੂ ਐੱਸ ਏ ਦੇ ਵਿੱਚ, ਉਹਨੂੰ ਵੀ
ਅੱਗੋਂ ਆਪਣਾ ਵੀਜ਼ਾ ਰੀਨਿਊ ਕਰਵਾਉਣ ਦੇ ਵਿੱਚ ਬਹੁਤ ਹੀ ਜ਼ਿਆਦਾ ਦਿੱਕਤ ਆਉਂਦੀ ਸੀ। ਉਸ ਤੋਂ ਬਾਅਦ ਸਟੂਡੈਂਟਾਂ ਵਾਸਤੇ ਤਾਂ ਬਹੁਤ ਹੀ ਜ਼ਿਆਦਾ ਮੁਸ਼ਕਲ ਹੋ ਗਈ ਸੀ, ਸਪੈਸ਼ਲੀ ਚਾਈਨੀਜ਼ ਸਟੂਡੈਂਟ ਅਤੇ ਜਪਾਨ ਦੇ ਸਟੂਡੈਂਟ ਜਿਹੜੇ, ਉਹਨਾਂ ਨੂੰ ਤਾਂ ਆਲਮੋਸਟ ਵੀਜ਼ਾ ਨਾ ਹੋਣ ਦੇ, ਆਪਣਾ ਤੁਸੀਂ ਕਹਿ ਸਕਦੇ ਹੋ ਕਿ ਬਿਲਕੁਲ ਨਾ ਹੋਣ ਜਿਹਾ ਵੀਜ਼ਾ ਉਹਨਾਂ ਨੂੰ ਦਿੱਤਾ ਗਿਆ ਸੀ। ਵੀਜ਼ਾ ਦਿੱਤਾ ਹੀ ਨਹੀਂ ਜਾਂਦਾ ਸਪੈਸ਼ਲੀ ਸਟੱਡੀ ਵੀਜ਼ਾ ਚਾਈਨਾ ਅਤੇ ਜਪਾਨ ਦੇ ਸਟੂਡੈਂਟ ਨੂੰ। ਤੁਹਾਨੂੰ ਪਤਾ ਯੂ ਐੱਸ ਏ ਦੀ ਜਿਹੜੀ ਕੰਧ ਹੈ ਉਹ ਵੀ ਉਹਨੇ ਆਪਣੇ 4 ਸਾਲਾਂ ਦੇ ਵਿੱਚ ਬਹੁਤ ਹੱਦ ਤੱਕ ਤਕਰੀਬਨ ਤੁਸੀਂ ਕਹਿ ਸਕਦੇ ਹੋ ਕਿ 40% ਟੋਟਲ ਕਰਵਾ ਛੜੀ ਸੀ। ਬਟ ਹੁਣ ਜੋ ਬਾਈਡਨ ਆਇਆ, ਜੋ ਬਾਈਡਨ ਇੱਕ ਤਾਂ ਕੰਧ ਰੋਕੀ ਹੈ, ਦੂਜਾ ਇਮੀਗ੍ਰੇਸ਼ਨ ਦੇ ਕਾਨੂੰਨ ਜਿਹਨੇ ਉਹਨਾਂ ਨੂੰ ਟੋਟਲੀ ਚੇਂਜ ਕੀਤਾ ਵੇ, ਆ ਸਟੂਡੈਂਟ ਵੀਜ਼ਾ, ਵਿਜ਼ਿਟ ਵੀਜ਼ਾ ਅਤੇ ਵਰਕ ਵੀਜ਼ੇ ਦੇ ਉੱਤੇ ਉਹਨੇ ਕਾਫੀ ਜ਼ਿਆਦਾ ਨਰਮੀ ਕੀਤੀ, ਜਿਵੇਂ ਕਿ ਟਰੰਪ ਨੇ ਕਾਫੀ ਜ਼ਿਆਦਾ ਜਿਹੜੇ ਕਾਨੂੰਨ ਸਨ ਉਹ ਚੇਂਜ ਕੀਤੇ ਸਨ, ਉਹਨਾਂ ਨੂੰ ਟੋਟਲੀ ਤਬਦੀਲ ਕੀਤਾ। ਤੁਸੀਂ ਕਹਿ ਸਕਦੇ ਹੋ ਕਿ ਜੇ ਇਮੀਗ੍ਰੇਸ਼ਨ ਵੱਲੋਂ ਵੇਖਿਆ ਜਾਏ ਅਤੇ ਜੋ ਬਾਈਡਨ ਸਰਕਾਰ ਜਿਹੜੀ ਉਹ ਕਾਫੀ ਜ਼ਿਆਦਾ ਬਿਹਤਰ ਹੈ ਕੰਪੇਅਰ ਕੀਤਾ ਜਾਏ ਟਰੰਪ ਦੇ, ਬਟ ਕਾਫੀ ਜ਼ਿਆਦਾ ਜਿਹੜੇ ਆਪਣਾ ਤਜ਼ੀਆ ਨੇ ਅਤੇ ਜਿਹੜੇ ਆਪਣਾ ਜਰਨਲਿਸਟ ਨੇ ਅਤੇ ਮੀਡੀਆ ਵੀ ਕਹਿਣ ਡੇ ਸੀ ਕਿ ਅਮਰੀਕਾ ਦੇ ਹੱਕ ਅੰਦਰ, ਅਮਰੀਕਾ ਦੀ ਤਰੱਕੀ ਦੇ ਵਿੱਚ ਅਗਰ ਵੇਖਿਆ ਜਾਏ ਤਾਂ ਟਰੰਪ ਜਿਹੜਾ ਸੀ ਉਹਦਾ ਕਾਰਕਰਦਗੀ, ਉਹਦੀ ਕਾਰਕਰਦਗੀ ਚੰਗੀ ਸੀ ਅਗਰ ਕੰਪੇਅਰ ਕੀਤਾ ਜਾਏ ਜੋ ਬਾਈਡਨ ਦੇ। ਜੋ ਬਾਈਡਨ ਸਰਕਾਰ ਵੀ ਜਿਹੜੀ ਉਹ ਇਸ ਟਾਈਮ ਪ੍ਰੋਪਰ ਵਰਕ ਕਰਨ ਡਈ ਹੈ, ਦੇਖੋ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕਰਦੀ ਹੈ। ਬਟ ਵੇਖਿਆ ਜਾਏ ਤਾਂ ਆ ਜਿਹੜੇ ਇਲੀਗਲ ਇਮੀਗ੍ਰੈਂਟ ਨੇ ਡੌਂਕੀ ਲਾ ਕੇ ਜਾਂਦੇ ਨੇ, ਉਹਨਾਂ ਵਾਸਤੇ ਇਹ ਜਿਹੜੀ ਗੌਰਮੈਂਟ ਉਹ ਕਾਫੀ ਜ਼ਿਆਦਾ ਚੰਗੀ ਹੈ। ਹਾਂਜੀ, ਅਤੇ ਮਿੱਤਰੋ ਉਮੀਦ ਕਰਦਾ ਕਿ ਜਿੰਨੀਆਂ ਵੀ ਯੂ ਐੱਸ ਏ ਅੰਬੈਸੀ ਦੇ ਰਿਲੇਟਡ, ਯੂ ਐੱਸ ਏ ਵੀਜ਼ੇ ਦੇ ਰਿਲੇਟਡ ਅਤੇ ਯੂ ਐੱਸ ਏ ਦੀਆਂ ਫਲਾਈਟਾਂ ਦੇ ਰਿਲੇਟਡ ਵੀਡੀਓ ਤੁਹਾਨੂੰ ਪਸੰਦ ਆਈਆਂ ਹੋਣਗੀਆਂ ਅਤੇ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਓ। ਮਿਲਦੀਆਂ ਤੁਹਾਨੂੰ ਨੈਕਸਟ ਵੀਡੀਓ 'ਤੇ।